ਕਿ ਬਾਸਮਤੀ ਜਿਹੜੀ ਹੈ ਉਹ ਰੱਖੀਏ ਜਾਂ ਫਿਰ ਵੇਚੀਏ ਜਿਵੇਂ ਕਿ ਪਿਛਲੇ ਦਿਨਾਂ ਦੌਰਾਨ ਜਿਹੜੀ ਬਾਸਮਤੀ ਹੈ ਉਹ ਚਾਹੇ ਕੋਈ ਵੀ ਵੈਰਾਈਟੀ ਹੋਵੇ ਉਸ ਦੇ ਭਾਅ ਦੇ ਵਿੱਚ 300 ਰੁਪਏ ਤੋਂ ਲੈ ਕੇ 7-800 ਰੁਪਏ ਤੱਕ ਗਰਾਵਟ ਜਿਹੜੀ ਹੈ ਉਹ ਦਰਜ ਕੀਤੀ ਗਈ ਸੀ ਤੇ ਦਿਵਾਲੀ ਤੋਂ ਲੈ ਕੇ 2 ਨਵੰਬਰ ਤੱਕ ਜਿਹੜਾ ਬਹੁਤ ਭਾਅ ਜਿਹੜੇ ਘਟ ਮਿਲ ਰਹੇ ਸਨ ਕਿਸਾਨਾਂ ਨੂੰ ਤੇ 2 ਨਵੰਬਰ ਤੋਂ ਪਹਿਲੀ ਵਾਰ ਇਹ ਜਦੋਂ ਬਾਸਮਤੀ ਦਾ ਕੁਝ ਭਾਜੜਾ ਉਹ ਠੀਕ ਲੱਗਣ ਲੱਗਿਆ ਤੇ ਜਿਹੜੀ 1121 ਵੈਰੈਟੀ ਸੀ 2500 ਰੁਪਏ ਤੱਕ ਲੁੜਕ ਗਈ ਸੀ ਉਸ ਦਾ 2800 ਰੁਪਏ ਰੇਟ ਜਿਹੜਾ 2800 ਪਲੱਸ ਉੱਪਰ ਜਿਹੜਾ ਉਹ ਮਿਲਣਾ ਸ਼ੁਰੂ ਹੋਇਆ ਕਿਸਾਨ ਵੀਰਾਂ ਨੂੰ ਤੇ ਆਪਾਂ ਜਿਹੜਾ ਇਹ ਰੱਖਣਾ ਜਾਂ ਆਪਾਂ ਵੇਚੀਏ ਇਸ ਦੇ ਬਾਰੇ ਚ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਜਾਣਕਾਰੀ ਸਾਂਝੀ ਕਰਨੀ ਚਾਹਾਂਗੇ ਕਿ ਪਿਛਲੇ ਸਾਲ ਪਿਛਲੇ ਸੀਜ਼ਨ ਦੌਰਾਨ ਭਾਰਤ ਤੋਂ ਜਿਹੜੀ ਵਿਦੇਸ਼ ਨੂੰ ਬਸਮਤੀ ਗਈ ਸੀ ਉਸ ਤੋਂ 33000 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਸੀ 33000 ਕਰੋੜ ਰੁਪਏ ਜਿਹੜਾ ਹੈ ਭਾਰਤ ਦੇ ਵਿੱਚ ਆਇਆ ਸੀ ਤੇ ਇਸ ਦੇ ਨਾਲ ਨਾਲ ਇੱਕ ਹੋਰ ਜਿਹੜੀ ਗੱਲ ਖਾਸ ਜੋੜਨ ਵਾਲੀ ਇਸ ਵੀਡੀਓ ਦੇ ਵਿੱਚ ਕਿ ਇੱਕ ਪਾਸੇ ਸਰਕਾਰਾਂ ਜਿਹੜੀਆਂ ਨੇ ਉਹ ਫਸਲਾਂ ਦੇ ਜਿਹੜੇ ਘੱਟੋ ਘੱਟ ਸਮਰਥਨ ਮੁੱਲ ਨੇ ਉਹ ਹਰ ਸਾਲ ਜਿਹੜਾ ਉਸ ਦਾ ਪ੍ਰਚਾਰ ਕੀਤਾ ਜਾਂਦਾ ਤੇ ਬਹੁਤ ਹੀ ਵੱਡੇ ਪੱਧਰ ਤੇ ਪ੍ਰਚਾਰ ਕਰਦੇ ਨੇ ਖਾਸ ਕਰਕੇ ਜਿਹੜੇ ਸਰਕਾਰੀ ਮੈਕਮੇਨੇ ਸਰਕਾਰੀ ਅਫਸਰ ਸਹੀ ਜਿਹੜੀ ਹੈ ਉਸ ਦਾ ਵਾਅਦਾ ਛੜ ਕੇ ਪ੍ਰਚਾਰ ਕੀਤਾ ਜਾਂਦਾ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਦਾ ਜਿਹੜਾ 50 60 ਰੁਪਏ ਵਧਾ ਦਿੱਤਾ ਗਿਆ ਜਾਂ ਕਈ ਵਾਰੀ 70 80 ਰੁਪਏ ਤੇ ਖਬਰਾਂ ਬਹੁਤ ਅਜੀਬ ਢੰਗ ਨਾਲ ਪੇਸ਼ ਕੀਤੀ ਜਾਂਦੀ ਨੇ ਕਿ ਕਿਸਾਨ ਕਿਸਾਨਾਂ ਦੇ ਹੋਣਗੇ ਵਾਣੇ ਬਾਰੇ ਨਿਆਰੇ ਵਗੈਰਾ ਵਗੈਰਾ ਪਰ ਜੇ ਇਸੇ ਝੋਨੇ ਦੇ ਸੀਜ਼ਨ ਦੌਰਾਨ ਵੇਖਿਆ ਜਾਵੇ ਤਾਂ ਸਰਕਾਰੀ ਰੇਟ ਤੋਂ 2-300 ਰੁਪਏ ਥੱਲੇ ਜਿਹੜੀ ਪੀਆਰ ਵੈਰੈਟੀ ਦੀ ਵਿਕਰੀ ਹੋ ਰਹੀ ਹੈ ਖਰੀਦੀ ਜਾ ਰਹੀ ਹੈ ਤੇ ਹਰਿਆਣਾ ਦੇ ਵਿੱਚ ਕੁਝ ਮੰਡੀਆਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਉੱਥੇ ਪਾਸ ਨਹੀਂ ਦਿੱਤੇ ਯਾਰ ਤੇ ਕਿਸਾਨ ਆਪਣੀਆਂ ਭਰੀਆਂ ਟਰਾਲੀਆਂ ਲੈ ਕੇ ਘਰਾਂ ਨੂੰ ਵਾਪਸ ਮੋੜ ਰਹੇ ਨੇ ਤੇ ਪੀਆਰ ਵੈਰੈਟੀ ਦੀ ਜਿਹੜਾ ਝੋਨਾ ਹੈ ਪਿਛਲੇ ਦਿਨੀ ਜਿਹੜਾ 1800 1840 ਰੁਪਏ ਤੋਂ ਵੀ ਉੱਪਰ ਵਿਕ ਰਿਹਾ ਸੀ ਉਹ ਇਸ ਟਾਈਮ 15-1600 ਰੁਪਏ ਦੇ ਨੇੜੇ ਤੇੜੇ ਤੇ ਕਿਸਾਨ ਬਹੁਤ ਦੁਖੀ ਨੇ ਇਹ ਗੱਲ ਵਿਚਾਰਨ ਵਾਲੀ ਇੱਕ ਪਾਸੇ ਰੇਟ ਵਧਾ ਦਿੱਤਾ ਗਿਆ ਦੂਜੇ ਪਾਸੇ 4 ਗੁਣਾ ਘੱਟ ਕੀਮਤ ਤੇ ਸਰਕਾਰ ਜਿਹੜੀ ਹੈ ਵਪਾਰੀਆਂ ਨਾਲ ਮਿਲ ਕੇ ਕਿਸ ਤਰ੍ਹਾਂ ਕਿਸਾਨਾਂ ਦੀ ਲੁੱਟ ਕਰਦੀ ਹੈ ਦੋਸਤੋ ਦੋ ਗੱਲਾਂ ਤੁਸੀਂ ਨੋਟ ਕਰੋ ਕਿ ਜਦੋਂ ਪਿਛਲੇ ਜਿਹੜੀ ਆਪਣੇ ਵੋਟਾਂ ਹੋਈਆਂ ਨੇ ਚੋਣਾਂ ਹੋਈਆਂ ਨੇ ਤੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਰੋਣ ਹੋਈ ਸੀ ਸਮੇਂ ਦੌਰਾਨ ਬਾਸਮਤੀ ਦੇ ਰੇਟ ਬਹੁਤ ਉੱਪਰ ਰਹੇ ਹੁਣ ਜਿਵੇਂ ਹਰਿਆਣਾ ਦੇ ਵਿੱਚ ਜਾਂ ਪੰਜਾਬ ਦੇ ਚ ਜਿਮਣੀ ਚੋਣਾਂ ਜਾਂ ਜਿਹੜੀਆਂ ਨੇ ਹਰਿਆਣਾ ਚ ਵੋਟਾਂ ਹੋਈਆਂ ਨੇ ਉਸ ਸਮੇਂ ਦੌਰਾਨ ਵੀ ਬਾਸਮਤੀ ਜਾਂ ਹੋਰ ਫਸਲਾਂ ਦੇ ਰੇਟ ਠੀਕ ਰਹੇ ਜਿਵੇਂ ਚੋਣਾਂ ਲੰਘੀਆਂ ਨੇ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦੀ ਬੁਰੀ ਹਾਲਤ ਕਰ ਦਿੱਤੀ ਗਈ ਕਿ ਕਿਸਾਨ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਹੁਣ ਕੀ ਕਰੀਏ ਤੇ ਕੀ ਨਾ ਕਰੀਏ ਤੇ ਦੋਸਤੋ ਇੱਕ ਪਰਾਲੀ ਦੇ ਮੁੱਦੇ ਦੇ ਉੱਪਰ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਜਲੀਲ ਕੀਤਾ ਜਾ ਰਿਹਾ ਕਿ ਕਿਸਾਨ ਇਸ ਤਰ੍ਹਾਂ ਕਰ ਰਹੇ ਨੇ ਇਸ ਤਰ੍ਹਾਂ ਕਰ ਰਹੇ ਨੇ ਜਦੋਂ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਨਾ ਮਸ਼ੀਨਰੀ ਦਿੱਤੀ ਜਾ ਰਹੀ ਹੈ ਸਬਸਿਡੀ ਦੇ ਨਾਮ ਉੱਪਰ ਕਿਸਾਨਾਂ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੁਣ ਦੋਸਤੋ ਆਪਾਂ ਗੱਲ ਕਰਦੇ ਆਂਗੇ ਜਿਹੜੀ ਬਾਸਮਤੀ ਏ ਉਸ ਨੂੰ ਰੱਖੀਏ ਜਾਂ ਵੇਚੀਏ ਦੋਸਤੋ ਜੇ ਤੁਹਾਡੇ ਕੋਲ ਬਾਸਮਤੀ ਥੋੜੀ ਮਿਕਦਾਰ ਚ ਜਿਵੇਂ ਆਪਾਂ ਮੰਨ ਲਈਏ ਕਿੱਲਾ 2 ਕਿੱਲੇ ਵੇ ਤਾਂ ਉਸ ਨੂੰ ਤੁਸੀਂ ਕੋਸ਼ਿਸ਼ ਕਰੋ ਕਿ 15 ਨਵੰਬਰ ਤੋਂ ਲੈ ਕੇ 8-10 ਦਸੰਬਰ ਦੇ ਦੌਰਾਨ ਜਿਹੜਾ ਉਸ ਨੂੰ ਵੇਚ ਦਿੱਤਾ ਜਾਵੇ ਤੇ ਜੇ ਤੁਹਾਡੇ ਕੋਲ ਜਿਆਦਾ ਸਟਾਕ ਹੈ ਬਾਸਮਤੀ ਬਹੁਤ ਜਿਆਦਾ ਹੈ ਤਾਂ ਉਸ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੇਚਣ ਦੀ ਕੋਸ਼ਿਸ਼ ਕਰੋ ਜਿਵੇਂ ਕਿ ਇੱਕ ਹਿੱਸਾ ਜਿਹੜਾ ਹੈ ਉਸ ਨੂੰ ਹੁਣ ਵੇਚ ਦਿੱਤਾ ਜਾਵੇ ਦੂਜਾ ਹਿੱਸਾ ਜਿਹੜਾ ਹੈ ਉਹ ਕੋਸ਼ਿਸ਼ ਕੀਤੀ ਜਾਵੇ 20 ਨਵੰਬਰ ਤੋਂ ਲੈ ਕੇ 7-8 ਦਸੰਬਰ ਦੇ ਦੌਰਾਨ ਉਸ ਦੀ ਵਿਕਰੀ ਕੀਤੀ ਜਾਵੇ ਤੇ ਇੱਕ ਹਿੱਸਾ ਰੱਖ ਲਿਆ ਜਾਵੇ ਜਦੋਂ ਵਪਾਰੀ ਆਪਣਾ ਸਟਾਕ ਜਾਂ ਜਿਹੜਾ ਉਹਨਾਂ ਨੇ ਆਪਣਾ ਸਟੋਰ ਕੀਤਾ ਹੁੰਦਾ ਮਾਲ ਜਦੋਂ ਉਹ ਵਿਕਰੀ ਲਈ ਬਾਜ਼ਾਰ ਦੇ ਵਿੱਚ ਲਿਆਉਂਦੇ ਨੇ ਤੇ ਬਾਹਰ ਭੇਜੀ ਜਾਂਦੀ ਖੇਪ ਉਸ ਸਮੇਂ ਦੌਰਾਨ ਕਿਸਾਨ ਜਿਹੜੇ ਨੇ ਉਹ ਵੀ ਆਪਣਾ ਮਾਲ ਜਿਹੜਾ ਉਹ ਵੇਚ ਸਕਦੇ ਨੇ ਜਾਨੀ ਕਹਿਣ ਤੋਂ ਭਾਵੇਂ ਕਿ ਕਿਸਾਨਾਂ ਨੂੰ ਬਹੁਤ ਵੱਡਾ ਇਸ ਦੇ ਵਿੱਚ ਨੁਕਸਾਨ ਨਾ ਹੋਵੇ ਤੇ ਦੋਸਤੋ ਜੇ ਤੁਸੀਂ ਇਸ ਦੀ ਜਿਹੜੀ ਇਹ ਸਟੋਰ ਕਰਨੀ ਹੈ ਤਾਂ ਇੱਕ ਕਿਸਾਨ ਹੋਣ ਦੇ ਨਾਤੇ ਜੋ ਇੱਕ ਕਿਸਾਨੀ ਸਾਡੇ ਕੋਲ ਨੁਕਤਾ ਹੈ ਜਾਂ ਜਿਸ ਤਰ੍ਹਾਂ ਜਿਹੜਾ ਸਾਡਾ ਆਪਣਾ ਤਜਰਬਾ ਹੈ ਉਸ ਮੁਤਾਬਕ ਜਿਹੜੇ ਫੀਡ ਵਾਲੇ ਥੈਲੇ ਹੁੰਦੇ ਨੇ ਉਹ ਪੁਰਾਣੇ ਕਬਾੜੀਆਂ ਤੋਂ ਲੈ ਕੇ ਬਹੁਤ ਸਸਤੇ ਮਿਲ ਜਾਂਦੇ ਨੇ ਉਸ ਨੂੰ ਭਰ ਲਿਆ ਜਾਵੇ ਉਹ ਹਵਾਦਾਰ ਹੁੰਦੇ ਨੇ ਪਲਾਸਟਿਕ ਦੇ ਤੇ ਉਹਨਾਂ 'ਚ ਵਜਨ ਵੀ ਕਾਫੀ ਆ ਜਾਂਦਾ ਹੈ 60 65 ਕਿਲੋ ਦੇ ਨੇੜੇ ਤੇੜੇ ਬਾਸਮਤੀ ਪੈ ਜਾਂਦੀ ਹੈ ਤੇ ਮੋਟਾ-ਮੋਟਾ ਜਾਂ ਸਾਫ਼ ਕਰਕੇ ਬਹੁਤ ਹੀ ਜ਼ਿਆਦੀ ਸਫਾਈ ਕਰਨ ਦੀ ਲੋੜ ਨਹੀਂ ਤੇ ਉਹਨੂੰ ਬਰਾਂਡੇ ਦੇ ਵਿੱਚ ਹਵਾਦਾਰ ਥਾਂ ਤੇ ਰੱਖਿਆ ਜਾਵੇ ਵਿੱਚ ਕੋਸ਼ਿਸ਼ ਕਰੋ ਕਿ ਉੱਥੇ ਇੱਕ ਬਿੱਲੀ ਇੱਕਦੋ ਜ਼ਰੂਰ ਉਹਨੂੰ ਆਉਣ ਦਿੱਤਾ ਜਾਵੇ ਤਾਂ ਕਿ ਚੂਹੇ ਵਗੈਰਾ ਨਾ ਉੱਥੇ ਕੋਈ ਅਨਾਜ ਨੂੰ ਖਰਾਬ ਕਰਨ ਤੇ ਇਸ ਦਾ ਝਾੜ ਜਿਹੜਾ ਉਹ ਅੱਧਾ ਪਰਸੈਂਟ ਵੀ ਨਹੀਂ ਘਟਦਾ ਜੋ ਕਿ 3-4 ਸਾਲ ਦਾ ਸਾਡਾ ਆਪਣਾ ਤਜਰਬਾ ਤੇ ਹੁਣ ਤੁਹਾਨੂੰ ਬਾਸਮਤੀ ਦੇ ਬਾਰੇ ਇੱਕ ਬਹੁਤ ਜ਼ਰੂਰੀ ਇੱਕ ਖਬਰ ਨਾਲ ਜਿਹੜਾ ਰੂਬਰੂ ਕਰਾ ਰਹੇ ਹਾਂ ਕਿ ਜਿਹੜਾ ਇਹ ਬਹੁਤ ਜ਼ਿਆਦਾ ਰੇਟ ਘਟਿਆ ਉਸ ਦਾ ਕਾਰਨ ਕੀ ਉਸ ਦੇ ਉੱਪਰ ਤੁਸੀਂ ਵੀ ਜ਼ਰੂਰ ਨੋਟ ਕਰੋ ਕਿ ਇਸ ਦੀ ਵਜ੍ਹਾ ਜਿਹੜੀ ਮੁੱਖ ਸੀ ਕਿਸਾਨ ਵੀਰੋ ਜਿਹੜੀ ਸੋਸ਼ਲ ਮੀਡੀਆ ਜਾਂ ਜਿਹੜੀਆਂ ਖਬਰਾਂ ਆਈਆਂ ਸਨ ਉਹਨਾਂ ਮੁਤਾਬਕ ਵਪਾਰਕ ਪਾਬੰਦੀਆਂ ਦੇ ਬਾਅਦ ਸ਼ੁਰੂਆਤ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਅਦ ਭਾਰਤ ਤੋਂ ਈਰਾਨ ਨੂੰ ਕੀਤਾ ਜਾਣ ਵਾਲਾ ਬਾਸਮਤੀ ਨਿਰਯਾਤ ਫਿਰ ਤੋਂ ਪਟੜੀ ਤੇ ਆ ਗਿਆ ਹੈ ਇਸ ਵਕਤ ਈਰਾਨ ਨੂੰ ਕੱਚੇ ਤੇਲ ਨਿਰਯਾਤ ਤੇ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਈ ਵਿੱਚ ਅਮਰੀਕਾ ਵੱਲੋਂ ਈਰਾਨ ਤੇ ਵਪਾਰਕ ਪਾਬੰਦੀ ਲਾਏ ਜਾਣ ਦੇ ਬਾਅਦ ਭਾਰਤੀ ਬਾਸਮਤੀ ਨਿਰਯਾਤਕਾਂ ਨੇ ਅਨਿਸ਼ਚਿਤਤਾ ਅਤੇ ਭੁਗਤਾਨ 'ਚ ਚੂਕ ਦੇ ਡਰ ਨਾਲ ਹਾਲਾਤ ਤੇ ਨਜ਼ਰ ਰੱਖ ਕੇ ਇੰਤਜ਼ਾਰ ਕਰਦੇ ਹੋਏ ਖੇਪਾਂ ਜਿਹੜੀਆਂ ਨੇ ਉਹ ਮਦਦ ਕਰਨ ਦਾ ਵਿਕਲਪ ਚੁਣਿਆ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਨਿਰਯਾਤਕਾਂ ਨੂੰ ਭਰੋਸਾ ਦਿੱਤੇ ਜਾਣ ਦੇ ਬਾਅਦ ਹੋਰ ਜਿੰਸਾਂ ਦੇ ਨਾਲ-ਨਾਲ ਬਾਸਮਤੀ ਦਾ ਦਵੱਲਾ ਵਪਾਰ ਫਿਰ ਤੋਂ ਪੜੜੀ ਤੇ ਆ ਗਿਆ ਹੈ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਰੁਪਏ ਤੇ ਆਧਾਰਿਤ ਵਿਸ਼ੇਸ਼ ਦਵੱਲੇ ਵਸਤੂ ਐਕਸਚੇਂਜ ਲਈ ਲੋੜੀਂਦੀ ਧਨराशि ਹੈ ਜੋ ਭਾਰਤ ਨੂੰ ਈਰਾਨ ਤੋਂ ਤੇਲ ਮੰਗਵਾਉਣ ਅਤੇ ਚਾਵਲ ਬਾਹਰ ਭੇਜਣ ਦੀ ਸਹੂਲਤ ਦਿੰਦਾ ਹੈ ਅਮਰੀਕਾ ਨੇ ਈਰਾਨ ਤੇ ਵਪਾਰ ਪਾਬੰਦੀ ਲਾਉਂਦੇ ਹੋਏ ਭਾਰਤ ਸਮੇਤ ਕੁਝ ਦੇਸ਼ਾਂ ਨੂੰ ਈਰਾਨ ਨਾਲ ਕੱਚੇ ਤੇਲ ਦੇ ਆਯਾਤ ਦੀ ਸਹੂਲਤ ਦੇਣ ਲਈ ਛੋਟ ਦਿੱਤੀ ਸੀ ਕਿਉਂਕਿ ਪਹਿਲਾਂ ਤੋਂ ਨਿਰਧਾਰਤ ਸ਼ਰਤਾਂ ਦੇ ਅਨੁਸਾਰ ਕਿਸੇ ਵੀ ਦੁਬੱਲੇ ਵਪਾਰ ਲਈ ਈਰਾਨ ਨੂੰ ਸਿੱਧੀ ਰਕਮ ਟਰਾਂਸਫਰ ਕੀਤੇ ਜਾਣ ਤੇ ਰੋਕ ਸੀ ਇਸ ਲਈ ਭਾਰਤ ਨੇ ਰੁਪਏ ਦੇ ਰੂਪ ਵਿੱਚ ਭੁਗਤਾਨ ਸਿਸਟਮ ਸਤਾਵਤ ਕੀਤਾ ਸੀ ਇਸ ਵਿੱਚ ਈਰਾਨ ਤੋਂ ਕੱਚੇ ਤੇਲ ਦਾ ਆਯਾਤ ਕਰਨ ਵਾਲੀਆਂ ਭਾਰਤੀ ਕੰਪਨੀਆਂ ਨੇ ਦੋ ਬੈਂਕਾਂ IDBI ਬੈਂਕ ਅਤੇ UCO ਬੈਂਕ ਵਿੱਚ ਖੋਲੇ ਗਏ ਵਿਸ਼ੇਸ਼ ਖਾਤੇਆਂ ਜਾਨੀ ਇਕਰਾਰਨਾਮਾ ਅਤੇ ਐਸਕਰੋ ਅਕਾਊਂਟ 'ਚ ਆਪਣਾ ਭੁਗਤਾਨ ਜਮ੍ਹਾਂ ਕੀਤਾ ਸੀ ਜਿਸ ਦੇ ਬਦਲੇ ਵਿੱਚ ਇਨ੍ਹਾਂ ਬੈਂਕਾਂ ਨੇ ਭਾਰਤੀ ਚੌਲ ਅਤੇ ਦਵਾਈ ਨਿਰਯਾਤਕਾਂ ਨੂੰ ਭੁਗਤਾਨ ਕਰਨਾ ਸੀ ਤੇ ਜਾਂ ਫਿਰ ਕੀਤਾ ਗਿਆ ਇਨ੍ਹਾਂ ਖਾਤਿਆਂ ਵਿੱਚ ਕਾਫੀ ਧਨ ਰਕਮ ਹੈ ਇਹ ਧਨ ਰਕਮ ਅਗਲੇ 6 ਤੋਂ 7 ਮਹੀਨਿਆਂ ਦੇ ਭੁਗਤਾਨ ਲਈ ਕਾਫੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਵੀ ਨਿਰਯਾਤਕਾਂ ਦਾ ਸ਼ੱਕ ਦੂਰ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਇਸ ਪਾਬੰਦੀ 'ਚ ਈਰਾਨ ਤੋਂ ਸਿਰਫ ਤੇਲ ਆਯਾਤ ਤੇ ਰੋਕ ਹੈ ਇਸ ਲਈ ਵਿਸ਼ੇਸ਼ ਖਾਤੇ ਵਿੱਚ ਭਾਰਤੀ ਰਿਫਾਈਨਰੀਆਂ ਵੱਲੋਂ ਹਰ ਹੋਰ ਨਵੀਂ ਰਕਮ ਜਮ੍ਹਾਂ ਨਹੀਂ ਹੋਵੇਗੀ ਪਰ ਖਾਤੇ ਵਿੱਚ ਮੌਜੂਦਾ ਰਕਮ ਦਾ ਇਸਤੇਮਾਲ ਭਾਰਤੀ ਬਾਸਮਤੀ ਨਿਰਯਾਤਕਾਂ ਨੂੰ ਭੁਗਤਾਨ ਕਰਨ ਲਈ ਕੀਤਾ ਜਿਹੜਾ ਹੋ ਜਾ ਸਕਦਾ ਹੈ ਤੇ ਜਿਹੜੇ ਨਿਰਯਾਤਕਾਂ ਦੀ ਪਰੇਸ਼ਾਨੀ ਹੈ ਕਿ ਭਾਰਤ ਤੋਂ ਈਰਾਨ ਨੂੰ ਬਾਸਮਤੀ ਨਿਰਯਾਤ ਦਾ ਤੇਜ਼ੀ ਨਾਲ ਵਾਧਾ ਹੋਇਆ ਹੈ ਪਿਛਲੇ ਸਾਲ ਮਈ 2018 ਤੱਕ ਲਗਭਗ 2 ਲੱਖ ਟਨ ਨਿਰਯਾਤ ਕੀਤਾ ਗਿਆ ਸੀ ਇਸ ਦੀ ਤੁਲਨਾ ਵਿੱਚ ਇਸ ਸਾਲ ਨਿਰਯਾਤ 3 ਲੱਖ ਟਨ ਪਾਰ ਕਰ ਗਿਆ ਇਸ ਤਰ੍ਹਾਂ ਨਾਲ ਇਸ ਸੀਜ਼ਨ ਵਿੱਚ 50% ਦਾ ਵਾਧਾ ਹੋਇਆ ਸਾਲ 2018-19 ਚ ਈਰਾਨ ਦਾ ਨਿਰਯਾਤ 85% ਵਧ ਕੇ 1.56 ਅਰਬ ਡਾਲਰ ਜਾਨੀ 14 ਲੱਖ ਟਨ ਦੇ ਨੇੜੇ ਹੋ ਗਿਆ ਪਿਛਲੇ ਕੁਝ ਸਾਲਾਂ ਵਿੱਚ ਈਰਾਨ ਔਸਤਨ 10-11 ਲੱਖ ਟਨ ਬਾਸਮਤੀ ਦੀ ਖਰੀਦ ਕਰ ਰਿਹਾ ਅਤੇ ਦੂਜੇ ਪਾਸੇ ਤੇਲ ਦਾ ਨਿਰਯਾਤ ਬੰਦ ਸੀ ਖਾਤੇ ਵਿੱਚ ਵੀ 6-7 ਮਹੀਨਿਆਂ ਲਈ ਰਾਸ਼ੀ ਹੀ ਬਚੀ ਸੀ ਜਿਸ ਕਾਰਨ ਨਿਰਯਾਤਕਾਂ ਦੀ ਜਿਹੜੀ ਚਿੰਤਾ ਉਹ ਵਧ ਰਹੀ ਹੈ ਵਪਾਰੀਆਂ ਦਾ ਕਹਿਣਾ ਸੀ ਕਿ ਭਾਰਤ ਵੱਲੋਂ ਈਰਾਨ ਨੂੰ ਵੱਡੀ ਪੱਧਰ ਤੇ ਬਾਸਮਤੀ ਭੇਜੀ ਜਾਂਦੀ ਹੈ ਪਰ ਅਮਰੀਕਾ ਵੱਲੋਂ ਇਰਾਨ ਤੇ ਲਾਈਆਂ ਪਾਬੰਦੀਆਂ ਕਾਰਨ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਪਤਾ ਨਹੀਂ ਉਹਨਾਂ ਦੀ ਖਰੀਦੀ ਬਾਸਮਤੀ ਇਰਾਨ ਜਾਵੇਗੀ ਜਾਂ ਨਹੀਂ ਤੇ ਦੋਸਤੋ ਇੱਕ ਹੋਰ ਜਿਹੜੀ ਵਿਚਾਰਨ ਵਾਲੀ ਗੱਲ ਹੈ ਇਸ ਸੀਜ਼ਨ ਦੌਰਾਨ ਜਿੱਥੇ ਹੜ੍ਹਾਂ ਨੇ ਬੁਰੀ ਤਰ੍ਹਾਂ ਬਾਸਮਤੀ ਦੀ ਫਸਲ ਨੂੰ ਪ੍ਰਭਾਵਿਤ ਕੀਤਾ ਉਸ ਦੇ ਨਾਲ ਨਾਲ ਜਿਹੜਾ ਝਾੜ ਹੈ ਉਸ ਦੇ ਵਿੱਚ ਵੀ 20% ਤੱਕ ਕਮੀ ਜਿਹੜੀ ਆਈ ਏ ਉਹ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਕਿਸਾਨ ਪਹਿਲਾ ਝਾੜ ਤੋਂ ਬਹੁਤ ਹੀ ਆਦੇ ਦੁਖੀ ਨੇ ਦੂਜੇ ਪਾਸੇ ਹੜ੍ਹ ਤੇ ਤੀਜੇ ਪਾਸੇ ਸਰਕਾਰ ਦੀ ਜਿਹੜੀ ਲਾਪਰਵਾਹੀ ਜਾਂ ਜਾਣ ਬੁੱਝ ਕੇ ਕਿਸਾਨ ਨੂੰ ਬਰਬਾਦੀ ਵੱਲ ਧੱਕਣਾ ਕਿਸੇ ਚੁਣਿੰਦਾ ਲੋਕਾਂ ਤਾਂ ਕੀ ਜਿਹੜਾ ਮੁੱਖ ਫਾਇਦਾ ਦੇਣਾ ਚਾਹੇ ਤੇ ਇਸ ਤਰ੍ਹਾਂ ਦਾ ਮਕਸਦ ਬਣ ਚੁੱਕਿਆ ਜੀ ਸਰਕਾਰ ਅਮਾਨਦਾਰ ਹੈ ਅਮਾਨਦਾਰ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਚਾਹੁੰਦੀ ਏ ਤੇ ਇਸ ਪਾਸੇ ਤੁਰੰਤ ਧਿਆਨ ਦੇਵੇ ਨਹੀਂ ਤਾਂ ਜਿਹੜੇ ਵੱਦ ਤੋਂ ਹਾਲਾਤ ਬੁਰੇ ਹੁੰਦੇ ਆ ਕੋਈ ਬਹੁਤੀ ਧੀਰ ਨਹੀਂ ਲੱਗਣੀ ਦਿਓ ਜੀ ਆਹ ਤੇ ਬਹੁਤ ਬਹੁਤ ਧੰਨਵਾਦ